सत श्री अकाल किसान भरावो, अपैक्स पंजाबी चैनल ते तुहाडा स्वागत है। आ जिहड़ा तुसी सामने ताम झाम देख रहे हो, एक किसे मैरिज पैलेस दे बाहरले दृश्य जां अंदरले दृश्य नहीं, एक माघी मेला मुक्तसर दा दृश्य है। ते इह जिहड़ा एक वड्डा टेंट लग्गिया, इह महंगे घोड़े दे मालक ढिल्लो अयाली स्टड फार्म वालियां दा वा। ते इन्हां दे घोड़े दा नाम है लाल रतन। मित्रों, घोड़ा मंडी दे विच जदों वीर हुणी लैके जांदे आ तां घट्टो घट्ट 5-6 लख रुपये दा खर्चा कर दिंदे आ। लख लख रुपये दीआं खुरनियां घोड़ियां दे मूहरे लगियां वा, पित्तल जड़ियां। सो वीरो, इन्हां दा जिहड़ा लाल रतन घोड़ा वा, इस दे बारे वीर हुणी आप सानूं इंटरव्यू दे विच दसणगे। ते वीर हुणा दा दिल एड्डा वड्डा गा कि तुसी साडे द्वारा पुछे गए आखरले सवाल दे जवाब विच इन्हां तों इस घोड़े बारे ते आखरले सवाल दा जवाब सुणोगे। सब वास्ते दरवाजे खुले आ। वैसे घोड़े नाल साडी इंसाफी नहीं हुई, जिन्ना महंगा घोड़ा सी इन्नी महंगी असी इंटरव्यू नहीं कर सके। ते शांति दे विच ਇਹ ਕਿਸੇ ਦਿਨ ਜਾਵਾਂਗੇ ਬਾਈ ਹੁਣਾਂ ਦੇ ਫਾਰਮ 'ਤੇ। ਅਤੇ ਆਹ ਜਿਹੜਾ ਲੋਕਾਂ ਦਾ ਜਮ੍ਹਾਂ ਵਾੜਾ ਵਾ, ਇਹ ਦੇਖਣ ਵਾਸਤੇ ਉਮੜਿਆ ਹੈ ਲਾਲ ਰਤਨ ਨੂੰ। ਲਾਲ ਰਤਨ ਘੋੜੇ ਦਾ ਨਾਮ ਬਾਈ ਜੀ, ਮਾਰਵਾੜੀ ਨਸਲ ਦਾ ਲਾਲ ਰਤਨ, ਢਿੱਲੋਂ ਅਯਾਲੀ ਸਟੱਡ ਫਾਰਮ ਦਾ ਸ਼ਿੰਗਾਰ ਆ, ਚਿੰਗਾਰ। ਅਤੇ ਬਾਈ ਹੁਣਾਂ ਤੋਂ ਜਾਣਦੇ ਹਾਂ ਇਸ ਘੋੜੇ ਦੀਆਂ ਖਾਸੀਅਤਾਂ ਅਤੇ ਇਹਦੇ ਖਾਨਦਾਨ ਬਾਰੇ, ਅਤੇ ਇਹਦੀ ਉਮਰ ਬਾਰੇ, ਅਤੇ ਇਹਦੀ ਮੀਟਿੰਗ ਫੀਸ ਬਾਰੇ। ਅਤੇ ਸਭ ਤੋਂ ਪਹਿਲਾਂ ਤੁਹਾਨੂੰ ਗੁਜ਼ਾਰਿਸ਼ ਹੈ ਕਿ ਸਾਡਾ ਚੈਨਲ ਅਪੈਕਸ ਪੰਜਾਬੀ ਸਬਸਕ੍ਰਾਈਬ ਕਰ ਲਓ। ਸਾਰਿਆਂ ਦਾ ਧੰਨਵਾਦ ਹੋਵੇਗਾ। ਕਿਸਾਨ ਵੀਰੋ, ਮੈਂ ਤੁਹਾਨੂੰ ਮੁਕਤਸਰ ਮਾਘੀ ਮੇਲੇ ਦੇ ਉੱਪਰ ਸਭ ਤੋਂ ਖਿੱਚ ਦਾ ਜਿਹੜਾ ਕੇਂਦਰ ਘੋੜਾ ਬਣਿਆ ਲਾਲ ਰਤਨ, ਉਹਦੇ ਬਾਰੇ ਮੈਂ ਤੁਹਾਨੂੰ ਉਹਨਾਂ ਦੇ ਮਾਲਕਾਂ ਨਾਲ ਉਹਨਾਂ ਨਾਲ ਮਿਲਾ ਰਿਹਾ ਵਾਂ। ਇਹ ਢਿੱਲੋਂ ਅਯਾਲੀ ਸਟੱਡ ਫਾਰਮ ਦਾ ਬਿਹਤਰੀਨ ਘੋੜਾ ਵਾ, ਜਿਹਦੀ ਕੀਮਤ ਹੀ ਕੋਈ ਨਹੀਂ। ਇੱਕ ਤਾਂ ਹੋਵੇ ਵੀ ਕਰੋੜਾਂ ਦੇ ਵਿੱਚ ਆ ਜਾਂ ਲੱਖਾਂ 'ਚ ਆ ਜਾਂ ਅਰਬਾਂ, ਕੀਮਤ ਹੀ ਕੋਈ ਨਹੀਂ। ਜਿਹੋ ਜਿਹਾ ਨਾਮ ਆ ਉਹੋ ਜਿਹੀ ਇਹਦੀ ਕੀਮਤ ਆ। ਲਾਲ ਰਤਨ ਬਾਈ, ਸਤਿ ਸ਼੍ਰੀ ਅਕਾਲ। ਬਾਈ ਜੀ, ਘੋੜੇ ਬਾਰੇ ਥੋੜ੍ਹੀ ਜਾਣਕਾਰੀ ਦਿਓ। ਕਿਹੜਾ ਸਟੱਡ ਫਾਰਮ? ਢਿੱਲੋਂ ਅਯਾਲੀ। ਢਿੱਲੋਂ ਅਯਾਲੀ ਸਟੱਡ ਫਾਰਮ, ਠੀਕ ਹੈ ਜੀ। ਅਤੇ ਖਾਨਦਾਨੀ ਲੈਣ ਇਹਦੀ ਕੀ ਆ? ਇਹ ਦਿਲਵਾਗ ਦਾ ਜੀ। ਦਿਲਵਾਗ ਜੀ, ਦਿਲਵਾਗ ਘੋੜੇ ਦਾ ਬੱਚਾ ਜੀ। ਠੀਕ ਹੈ। ਕਿੰਨੀ ਉਮਰ ਦਾ ਜੀ? 5.5 ਸਾਲ ਦਾ। 5.5 ਸਾਲ ਦਾ। ਇਹ ਤੁਸੀਂ ਘਰੇ ਮਤਲਬ ਖੁਦ ਪਾਲਿਆ ਕਿ ਮਤਲਬ ਮੁੱਲ ਲਿਆਂਦਾ? ਨਹੀਂ, ਅਸੀਂ ਮੁੱਲ ਲਿਆ। ਮੁੱਲ ਲਿਆਂਦਾ, ਠੀਕ ਹੈ ਜੀ। ਅਤੇ ਮੀਟਿੰਗ ਫੀਸ ਕਿੰਨੀ ਹੈ ਜੀ ਇਹਦੀ? 31,000 ਰੁਪਈਆ। 31,000 ਰੁਪਈਆ, ਠੀਕ ਹੈ ਜੀ। ਅਤੇ ਰਿਜ਼ਲਟ ਆ ਰਹੇ ਆ ਜੀ? ਰਿਜ਼ਲਟ ਆ ਰਹੇ ਨੇ, ਬਹੁਤ ਚੰਗੇ ਰਿਜ਼ਲਟ ਆ ਰਹੇ ਨੇ। ਠੀਕ ਹੈ ਜੀ। ਅਤੇ ਇਹਦਾ ਇਹਦਾ ਜਿਹੜਾ ਖਾਨਦਾਨ ਆ, ਜਿਵੇਂ ਇੱਕ ਤਾਂ ਫਾਦਰ ਤਾਂ ਹੋ ਗਿਆ ਦਿਲਵਾਗ, ਹਾਂਜੀ, ਦਾਦਾ ਤਾਂ ਅਲੀ ਸ਼ਾਹ। ਦਾਦਾ ਅਲੀ ਸ਼ਾਹ ਨਾ ਜੀ? ਅਤੇ ਦਿਲਵਾਗ ਕਿੱਥੋਂ ਵਾਲਾ? ਇੱਕ ਦਿਲਵਾਗ ਰਣੀ ਵਾਲਾ ਜੀ, ਠੀਕ ਹੈ। ਇੱਕ ਦਿਲਵਾਗ ਚੂੜ ਚੱਕ ਵੀ ਹੋਇਆ ਨਾ, ਉਹ ਨੀਲਾ ਹੋਇਆ। ਇਹ ਨੀਲਾ ਹੋਇਆ, ਦਿਲਵਾਗ ਰਣੀ ਵਾਲਾ, ਠੀਕ ਹੈ। ਇਹ ਮਾਰਵਾੜੀ 'ਚ ਹੀ ਆ ਜਾਂਦਾ? ਹਾਂਜੀ, ਮਾਰਵਾੜੀ 'ਚ, ਠੀਕ ਹੈ ਜੀ। ਅਤੇ ਮੀਟਿੰਗ ਫੀਸ 31,000। ਕੋਈ ਮੇਲੇ ਵਗੈਰਾ ਜਿੱਤੇ ਹੋਏ ਆ? ਸ਼ੋ ਵਗੈਰਾ? ਅੱਛਾ, ਕਿਹੜਾ? ਗੁਜਰਾਤ, ਫਰੀਦਕੋਟ, ਠੀਕ ਹੈ ਜੀ, ਬਟਾਲੇ, ਉੱਥੇ ਜੋਧਪੁਰ, ਠੀਕ ਹੈ ਜੀ, ਡੇਰੀ, ਕਾਫੀ ਸਾਰੇ ਸ਼ੋ ਜਿੱਤੇ ਹੋਏ ਆ, ਠੀਕ ਹੈ ਜੀ। ਜੇ ਪੰਜਾਬ ਦੇ ਬਿਹਤਰੀਨ ਘੋੜਿਆਂ 'ਚ ਗਿਣਨਾ ਹੋਵੇ ਤਾਂ ਕਿ ਇਸ ਤੋਂ ਵੀ ਵਧੀਆ ਤੁਹਾਨੂੰ ਲੱਗਦਾ ਵੀ ਇਸ ਤੋਂ ਵਧੀਆ ਘੋੜੇ ਵੀ ਹੈਗੇ ਪੰਜਾਬ 'ਚ? ਵਧੀਆ ਘੋੜੇ ਹੈਗੇ ਸਾਰੇ, ਸਾਰੇ ਵਧੀਆ, ਆਪਣੀ ਆਪਣੀ ਜਗ੍ਹਾ, ਸਾਰੇ ਵਧੀਆ ਘੋੜੇ, ਠੀਕ ਹੈ ਜੀ। ਪਰ ਇਹ ਆਪਣੀ ਕੁਆ, ਆਪਣੀ ਨਸਲ ਦਾ, ਆਪਣੇ ਲੈਣ ਦਾ ਸਭ ਤੋਂ ਵਧੀਆ ਘੋੜਾ ਮੰਨ ਕੇ ਚੱਲ ਗਿਆ ਨਾ, ਟੋਪ ਕੁਆਲਿਟੀ, ਰਿਜ਼ਲਟ ਬਹੁਤ ਅੱਛਾ ਆ ਰਿਹਾ, ਠੀਕ ਹੈ ਜੀ।
ਤੇ ਕਿਸਾਨ ਵੀਰਾ ਤੁਹਾਡਾ ਤਾਮ ਝਾਮ ਦੇਖ ਕੇ ਇੰਨਾ ਵੀ ਮਤਲਬ ਸ਼ਾਨਦਾਰ ਬਣਾਇਆ ਗਿਆ ਥੋੜਾ ਜਗਦੇ ਆ ਕਿ ਆਮ ਲੋਕਾਂ ਨੂੰ ਸਿੱਧੇ ਹੀ ਮਿਲਦੇ ਹੋ ਹਾਂਜੀ ਸਿੱਧੇ ਸਿੱਧੇ ਪਿੰਡ ਵੀ ਸਿੱਧੇ ਹੀ ਮਿਲਦੇ ਹੋ ਸਿੱਧੇ ਮਿਲਦੇ ਤੇ ਆਪਦਾ ਮੋਬਾਈਲ ਨੰਬਰ ਬੋਲ ਦਿਓ ਜੀ ਜਿਹੜੇ ਵੀ 158 ਠੀਕ ਹੈ ਜੀ ਤੇ ਕੋਈ ਵੀ ਆ ਜਾ ਸਕਦਾ ਜੋ ਖੁੱਲੇ ਦਰਵਾਜ਼ੇ ਨਹੀਂ ਕਈ ਗਾਏ ਵੱਡਾ ਫਾਰਮ ਆ ਜੀ ਅਸੀਂ ਵੜਨ ਨਹੀਂ ਦਿੰਦੇ ਅਸੀਂ ਉਹ ਕਰਨਾ ਹੈ ਇੱਕੋ ਹੀ ਹੈ ਸਾਰਿਆਂ ਨੂੰ ਅੱਛਾ ਅੱਛਾ ਠੀਕ ਹੈ ਮਿਹਰਬਾਨੀ ਭਾਈ।